ਐਨੋਡੋਮਨੀ اور بیفور کرائسٹ اے ڈی بی سی اے ڈی ਦਾ ਮਤਲਬ ਜਿਹੜਾ ਪ੍ਰੈਜੈਂਟ ਟਾਈਮ بی سی ਦਾ ਮਤਲਬ بیفور کرائسٹ یعنی ਕਿ 크ਰਾਈਸਟ ਨੂੰ ਇੱਕ ਆਪਾਂ ਇੱਕ ਟਾਈਮ ਲਿਮਿਟ ਮੰਨ ਲੈਂਦੇ ਆ ਕਿ 크ਰਾਈਸਟ ਤੋਂ ਪਹਿਲਾਂ ਆ ਚੀਜ਼ਾਂ ਹੋਈਆਂ ਸੀ ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V24 TV ਮੈਂ ਮਨਜੋਤ ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਵਿਆਮ ਰੱਖਿਆਮ ਸ਼ੋਅ ਦੇ ਵਿੱਚ ਵਿਆਮ ਰੱਖਿਆਮ ਦਾ ਮਤਲਬ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਸੈਲਫ ਪ੍ਰੋਟੈਕਸ਼ਨ ਯਾਨੀ ਕਿ ਆਪਣੀ ਰੱਖਿਆ ਆਪ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਸਟੂਡੀਓ ਦੇ ਵਿੱਚ ਰੋਹਿਤ ਸੋਤਾ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਵਿੱਚ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਬਾਕੀ ਦੀ ਗੱਲਬਾਤ ਅਸੀਂ ਰੋਹਿਤ ਸੋਤਾ ਸਰ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਸਰ ਸਾਡੇ ਸਟੂਡੀਓ ਵਿੱਚ ਆਪਣਾ ਕੀਮਤੀ ਸਮਾਂ ਕੱਟ ਕੇ ਆਏ। ਥੈਂਕ ਯੂ ਵੈਰੀ ਮੱਚ। ਬੜੀ ਇੱਕ ਅੱਛੀ ਦੇਖੋ ਗੱਲ ਹੈ ਕਿ ਅੱਜ ਤੁਹਾਡੇ ਨਾਲ ਰੂਬਰੂ ਹੋਣ ਦਾ ਜਿਹੜਾ ਮੌਕਾ ਮਿਲਿਆ ਹੈ ਜੀ ਆਪਣੀ ਗੱਲ ਕਰਨ ਦਾ ਜਾਂ ਆਪਣੇ ਵਿਚਾਰ ਰੱਖਣ ਦਾ। ਬਿਲਕੁਲ ਜੀ। ਬਹੁਤ ਅੱਛਾ ਲੱਗਿਆ ਜੀ ਤੁਹਾਨੂੰ ਮਿਲ ਕੇ ਤੁਹਾਡੇ ਸਟੂਡੀਓ ਦੇ ਵਿੱਚ ਆ ਕੇ। ਬਹੁਤ ਅੱਛਾ ਅਹਿਸਾਸ ਬਹੁਤ ਕਿਸਮਤ ਵਾਲੇ ਫੀਲ ਕਰਦੇ ਆ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਕੋਲ ਆਏ। ਧੰਨਵਾਦ ਜੀ ਧੰਨਵਾਦ ਜੀ। ਇਹ ਜਿਹੜਾ ਤੁਸੀਂ ਇੱਕ ਨਾਮ ਪ੍ਰੋਨਾਨਸिएट ਕੀਤਾ ਹੈਗਾ ਜਿਹਨੂੰ ਕਿ ਆਪਾਂ ਵਿਆਮ ਰਖਸ਼ਾਮ ਕਹਿੰਦੇ ਆ ਵਿਆਮ ਰਖਸ਼ਾਮ ਬੜਾ ਇੱਕ ਆਪਣੇ ਆਪ ਚ ਇੱਕ हटके ਇੱਕ ਲਫ਼ਜ਼ ਹੈਗਾ ਇਹ ਉਹ ਲਫ਼ਜ਼ ਹੈ ਜਿਹੜੇ ਕਿ ਸਾਨੂੰ ਸਾਡੇ ਇਤਿਹਾਸ ਦੇ ਨਾਲ ਜੋੜਦਾ ਹੈ ਸਾਨੂੰ ਸਾਡੀਆਂ ਜੜ੍ਹਾਂ ਦੇ ਨਾਲ ਜੋੜਦਾ ਹੈ ਇਹਦਾ ਇੱਕ मीनिंग ਜਿਹੜਾ ਇੱਕ ਐਸਾ मीनिंग ਆ ਇੱਕ ਬਹੁਤ ਹੀ ਆਪਣੇ ਆਪ ਚ ਅਥਾ ਸਮੁੰਦਰ ਦੀ ਗਹਿਰਾਈ ਵਾਲਾ मीनिंग ਹੈ ਓਕੇ ਇਹਦਾ ਮਤਲਬ ਹੈ ਜੀ ਆਪਣੀ ਰੱਖਿਆ ਆਰ ਯਾਨੀ ਕਿ ਸੈਲਫ ਪ੍ਰੋਟੈਕਸ਼ਨ ਸਾਡੇ ਦੇਸ਼ ਦੇ ਵਿੱਚ ਜਿਹਨੂੰ ਕੋਈ ਇੱਕ ਰਿਚ ਕਲਚਰ ਵਾਲਾ ਦੇਸ਼ ਕਹਿੰਦੇ ਆ ਇੱਕ ਸਾਡੀ ਜਿਹੜੀ ਸੰਸਕ੍ਰਿਤੀ ਹੈ ਹਾਂਜੀ ਐਸੀ ਮਹਾਨ ਸੰਸਕ੍ਰਿਤੀ ਹੈਗੀ ਆ ਜਿਸ ਸੰਸਕ੍ਰਿਤੀ ਦੇ ਵਿੱਚ ਜਿਸ ਦੇਸ਼ ਦੇ ਵਿੱਚ ਅਸੀਂ ਜਨਮ ਲਿੱਤਾ ਹੈ ਉਹ ਦੇਸ਼ ਦਾ ਫਰੋਮ ਦਾ ਐਂਸ਼ੀਅੰਟ ਪੀਰੀਅਡ ਆਫ ਟਾਈਮ ਇੱਕ ਨਾਮ ਹੈ ਉਹ ਨਾਮ ਜਿਹੜਾ ਕਿ ਦੁਨੀਆ ਦੇ ਵਿੱਚ ਭਾਰਤ ਦੇ ਨਾਮ ਤੇ ਪ੍ਰਸਿੱਧ ਹੈ ਪਰ ਜੇ ਆਪਾਂ ਇਹਨੂੰ ਇਤਿਹਾਸ ਦੇ ਤੌਰ ਤੇ ਲਈਏ ਤਾਂ ਭਾਰਤ ਪਹਿਲਾਂ ਜੰਬੂਦੀਪ ਜਿਹਨੂੰ ਕਿਹਾ ਜਾਂਦਾ ਸੀਗਾ ਜਿਹਦੇ ਵਿੱਚ ਲਗਭਗ 9 ਦੇ 9 ਕੰਟੀਨੈਂਟ ਹੀ ਆਉਂਦੇ ਸੀਗੇ ਫਿਰ ਸਮਿਆਂ ਦੇ ਅਨੁਸਾਰ ਜਿਸ ਤਰ੍ਹਾਂ ਪ੍ਰਜਾ ਵਧਦੀ ਗਈ ਲੋਕ ਵਧਦੇ ਗਏ ਤਾਂ ਅਲੱਗ-ਅਲੱਗ ਸੰਸਕ੍ਰਿਤੀਆਂ ਆਪਣੇ-ਆਪਣੇ ਨਾਮ ਲੈ ਕੇ ਉਸ ਨੂੰ ਫਿਰ ਵਿਆਖਿਆਨ ਕਰਕੇ ਅਲੱਗ-ਅਲੱਗ ਹੁੰਦੀਆਂ ਗਈਆਂ ਓਕੇ ਇਵੇਂ ਸਾਡਾ ਜਿਹੜਾ ਭਾਰਤਵਰਸ਼ ਸੀਗਾ ਜੰਬੂਦੀਪ ਸੀਗਾ ਉਹ ਭਾਰਤਵਰਸ਼ ਬਣਿਆ ਬਟ ਸਾਡਾ ਜਿਹੜਾ ਇਤਿਹਾਸ ਹੈ ਜਿਹਦੇ ਨਾਲ ਕਿ ਅਸੀਂ ਇਹ ਵਾਲਾ ਨਾਮ ਸੁਜੈਸਟ ਕੀਤਾ ਹੈ ਚੱਕਿਆ ਹੈ ਆਪਣੇ ਪ੍ਰੋਗਰਾਮ ਦੇ ਵਾਸਤੇ ਵਿਆਮ ਰਕਸ਼ਾ ਯਾਨੀ ਕਿ ਆਪਣੀ ਰੱਖਿਆ ਆਪ ਸਾਡੇ ਇਤਿਹਾਸ ਚ ਸਾਫ ਤੌਰ ਤੇ ਸਾਡੇ ਮਨੁਸ਼ੀਆਂ ਨੇ ਸਾਡੇ ਮਹਾਪੁਰਸ਼ਾਂ ਨੇ ਯਾ ਸਾਡੇ ਖੋਜ ਕਰਤਾਵਾਂ ਨੇ ਜਿਨ੍ਹਾਂ ਨੇ ਕਿ ਸਾਨੂੰ ਅੱਛੇ-ਅੱਛੇ ਸਹੀਂਤਾਵਾਂ ਦਿੱਤੀਆਂ ਗ੍ਰੰਥ ਦਿੱਤੇ ਆ ਉਹ ਇਸੇ ਲਈ ਦਿੱਤੇ ਕਿ ਅਸੀਂ ਮੈਨਕਾਈਨ ਨੂੰ ਹਿਮਨ ਬੀਂਗ ਨੂੰ ਨਾ ਕੇਵਲ ਪਸ਼ੂ ਪੰਛੀ ਬਲਕਿ ਇਸ ਪਰਿਆਵਰਣ ਨੂੰ ਵੀ ਆਪਾਂ ਕਿੱਦਾਂ ਬਚਾਣਾ ਹੈ ਬਿਲਕੁਲ ਉਹ ਕਿਸੇ ਬਾਹਰ ਲੈਣੇ ਨਹੀਂ ਆ ਕੇ ਕਰ ਦੇਣਾ ਬਿਲਕੁਲ ਇਹ ਖੁਦ ਹੀ ਕਰਨਾ ਪੈਣਾ ਹੈ ਇਹ ਖੁਦ ਹੀ ਕਰਨੇ ਪੈਣਾ ਹੈ ਥੈਟਸ ਵਾਈ ਮੈਂ ਵਰਡ ਚੁੱਕਿਆ ਵਿਆਮ ਰਕਸ਼ਾ ਵਿਆਮ ਰਕਸ਼ਾ ਇਹਦਾ ਮਤਲਬ ਹੈ ਕਿ ਆਪਣੀ ਰੱਖਿਆ ਆਪ ਯਾਨੀ ਕਿ ਸੈਲਫ ਪ੍ਰੋਟੈਕਟ ਸੈਲਫ ਪ੍ਰੋਟੈਕਸ਼ਨ ਇਸ ਲਈ ਮੈਂ ਇਹ ਚੀਜ਼ ਨੂੰ ਸਵੈਸ ਕੀਤਾ ਸੀ ਜੀ ਸਰ ਰੋਹੀ ਸੋਤਾ ਸਰ ਮੇਰੇ ਇੱਕ ਸਵਾਲ ਹੋ ਰਿਹਾ ਕਿ ਤੁਹਾਨੂੰ ਵਿਆਮ ਰਕਸ਼ਾ ਵਰਡ ਕਿੱਥੋਂ ਤੁਹਾਡੇ ਦਿਮਾਗ ਵਿੱਚ ਆਇਆ ਤੇ ਤੁਸੀਂ ਕਿੱਥੋਂ ਇਹਨੂੰ ਮਤਲਬ ਕਿ ਇਹ ਗਿਆਨ ਲਿਆ ਅ ਵੀਰ ਜੀ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਸ਼ੁਰੂ ਤੋਂ ਮੈਨੂੰ ਬੁੱਕਸ ਪੜ੍ਹਨ ਦਾ ਸ਼ੌਂਕ ਹੈ ਓਕੇ ਨਾਲ ਦੇ ਨਾਲ ਛੋਟੇ ਹੁੰਦੇ ਜਦੋਂ ਮੈਂ 26 ਜਨਵਰੀ ਦਾ ਪ੍ਰੋਗਰਾਮ ਦੇਖਦਾ ਹੁੰਨਾ ਸੀਗਾ ਕਿਆ ਬਾਤ 26 ਜਨਵਰੀ ਦਾ ਜਿਹੜਾ ਕਿ ਸਾਡਾ ਗਣਤੰਤਰ ਦਿਵਸ ਹੈ ਉਹਦੇ ਵਿੱਚ ਕੀ ਹੁੰਦਾ ਸੀ ਕਿ ਬੜੀਆਂ ਸੈਨਿਕਾਂ ਦੀਆਂ ਟੁਕੜੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਜਿੱਚ ਸਾਨੂੰ ਮਿਜ਼ਾਈਲਸ ਦਿਖਾਈਆਂ ਜਾਂਦੀਆਂ ਸੀ 에ਰੋਪਲੇਨਸ ਦਿਖਾਏ ਜਾਂਦੇ ਸੀ ਹੈਲੀਕਾਪਟਰ ਦਿਖਾਏ ਜਾਂਦੇ ਸੀ ਤੇ ਮੇਰੀ ਬੜੀ ਇੱਕ ਕਿਉਰਿਓਸਿਟੀ ਜੀ ਹੁੰਦੀ ਸੀ ਉਸ ਚੀਜ਼ ਦੇ ਵਿੱਚ ਵੀ ਕੀ ਚੀਜ਼ ਹੈ ਇਹ ਮਤਲਬ ਪੂਰੇ ਆਪਣੇ ਸਕਾਈ ਤੇ ਪੂਰਾ ਨਾ ਤਿਰੰਗਾ ਦਿਖਾਇਆ ਜਾਂਦਾ ਉਸ ਤੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਉਹਨਾਂ ਦੇ ਵਿੱਚ ਵੀ ਟੁਕੜੀਆਂ ਜਿਹੜੀਆਂ ਹੁੰਦੀਆਂ ਸੀ ਸਾਡੀਆਂ ਸੈਨਾ ਦੀਆਂ ਹਰ ਇੱਕ ਟੁਕੜੀ ਦਾ ਇੱਕ ਅਲੱਗ ਜਿਹੜਾ ਲੋਗੋ ਹੁੰਦਾ ਸੀਗਾ ਬਿਲਕੁਲ ਅਲੱਗ ਉਹਨਾਂ ਦੇ ਝੰਡਾ ਹੁੰਦਾ ਸੀ ਫੋਰਸ ਦਾ ਉਵੇਂ ਹੀ ਇੱਕ ਟੁਕੜੀ ਜਿਹੜੀ ਕਿ ਆਣੀ ਹੁੰਦੀ ਸੀ ਉਹਦਾ ਨਾਮ ਸੀਗਾ ਮੋਟਿਵ ਜਿਹਨੂੰ ਆਪਾਂ ਕਹਿ ਲਈਏ ਜਿਵੇਂ ਕਿ ਗੋਰਖਾ ਰੈਜੀਮੈਂਟ ਹੈ ਜਾਂ ਸਿੱਖ ਰੈਜੀਮੈਂਟ ਹੈ ਜਾਂ ਮਹਾਰ ਰੈਜੀਮੈਂਟ ਹੈਗੀ ਹੈ ਉਵੇਂ ਹੀ ਉਹਦਾ ਨਾਮ ਹੁੰਦਾ ਸੀ ਵਿਆਮ ਰਕਸ਼ਾ ਵਿਆਮ ਰਕਸ਼ਾ ਉਹ ਛੋਟੇ ਹੁੰਦੇ ਤਾਂ ਮੈਨੂੰ ਨਹੀਂ ਪਤਾ ਲੱਗਿਆ ਵੀ ਇਹਦਾ ਕੀ ਮਤਲਬ ਹੈ ਜਾਂ ਕਿਸ ਤਰ੍ਹਾਂ ਬਟ ਉਹ ਲਵਜ਼ ਮੈਨੂੰ ਇੰਨਾ ਕ ਅਟਰੈਕਟ ਕੀਤਾ ਕਿ ਅੱਜ ਵੀ ਮੈਨੂੰ ਉਹ ਲਵਜ਼ ਮੇਰੇ ਦਿਮਾਗ 'ਚ ਘੁੰਮਦਾ ਹੁੰਦਾ ਹੁੰਦਾ ਸੀਗਾ ਕਿ ਹੈ ਕੀ ਹੈ ਵਟ ਇਜ਼ ਵਿਆਮ ਵਟ ਇ ਰਕਸ਼ਾਮ ਬੜੀ ਕੀ ਬਾਤ ਹੈ ਕਿਉਂਕਿ ਇਹ ਇੱਕ ਸ਼ੁੱਧ ਸੰਸਕ੍ਰਿਤ ਦਾ ਸ਼ਬਦ ਆ ਜਿਹਦਾ ਕਿ ਮੀਨਿੰਗ ਮੈਨੂੰ ਬਾਅਦ ਦੇ ਵਿੱਚੋ ਕਿਤਾਬਾਂ ਪੜ੍ਹਨ ਦੇ ਦੌਰਾਨ ਉਹਦੀ ਮੈਨੂੰ ਜਾਣਕਾਰੀ ਮਿਲੀ ਤੁਹਾਡੀ ਉਦੋਂ ਕਿੰਨੀ ਉਮਰ ਸੀ ਜਦੋਂ ਤੁਸੀਂ ਇਹ ਵਰਡਸ ਸੁਣਿਆ អਬਜ਼ਰਵ ਕੀਤੇ ਇਹਦੇ ਬਾਰੇ ਵਿੱਚ ਤੁਸੀਂ ਇੰਨਾ ਤੁਹਾਡੇ ਮਾਈਂਡ ਵਿੱਚ ਹੀ ਬੈਗਾ ਵਿਆਮ ਰਖਸ਼ਾਮ ਹਨ ਉਸ ਟਾਈਮ ਮੇਰੀ ਰੇਜ ਆਨ ਯਰ अबाउट 7 ਟੂ 8 ਇਅਰ ਆਪਾਂ ਕਹਿ ਸਕਦੇ ਹ ਬਹੁਤ ਘੱਟ ਬੱਚੇ ਹੁੰਦੇ ਨੇ ਕਿਉਂਕਿ ਬਹੁਤ ਇਹ ਡਿਫਰੈਂਟ ਚੀਜ਼ ਨੂੰ ਫੜ ਲੈਂਦੇ ਆ ਐਕਚੁਅਲੀ ਇਸ ਤਰ੍ਹਾਂ ਹੁੰਦਾ ਸੀ ਕਿ ਮੈਨੂੰ ਨਾ ਬੜਾ ਅੱਛਾ ਲੱਗਦਾ ਸੀਗਾ ਜਦੋਂ ਕਿ ਸਾਨੂੰ ਛੋਟੇ ਹੁੰਦੇ ਨੇ ਕਹਾਣੀਆਂ ਸੁਣਾਈਆਂ ਜਾਂਦੀਆਂ ਸੀਗੀਆਂ ਕਿ ਜੇ ਆਹ ਸ਼ਕਤੀਮਾਰੀ ਆ ਹੋ ਗਿਆ ਬੰਬ ਚੱਲਦੇ ਤਾਂ ਆਵਾਜ਼ ਆ ਜਾਂਦੀ ਹੈ ਜਾਂ ਆ ਜਿਹੜਾ ਹਵਾਈ ਜਹਾਜ਼ ਇਸ ਸਪੀਡ ਦੇ ਨਾਲ ਉੱਡਦਾ ਹੈਗਾ ਫਿਰ ਉਸ ਤੋਂ ਬਾਅਦ ਚੋਂ ਜਿੱਥੇ ਕਿ ਮੈਂ ਜਿਹੜੇ ਸਕੂਲ ਚ ਪੜਿਆ ਸੀਗਾ ਉਹ ਸਕੂਲ 'ਚ ਸਾਡਾ ਇੱਕ ਪੀਰੀਅਡ ਲੱਗਦਾ ਹੁੰਦਾ ਸੀ ਜਿਹਨੂੰ ਕਿ ਆਪਾਂ ਧਾਰਮਿਕ ਸਿੱਖਿਆ ਦਾ ਪੀਰੀਅਡ ਕਹਿੰਦੇ ਉਹਦੇ ਵਿੱਚ ਜਿਹੜੀ ਸਿੱਖਿਆ ਸਾਨੂੰ ਦਿੱਤੀ ਜਾਂਦੀ ਸੀ ਸਾਨੂੰ ਸੰਸਕ੍ਰਿਤ ਪੜਾਈ ਜਾਂਦੀ ਸੀ ਸਾਨੂੰ ਸ਼ਲੋਕ ਪੜਾਏ ਜਾਂਦੇ ਸੀ ਸਾਨੂੰ ਸਾਡੇ ਗ੍ਰੰਥ ਪੜਾਏ ਜਾਂਦੇ ਸੀ ਉਹਨਾਂ ਗ੍ਰੰਥਾਂ ਦੇ ਵਿੱਚੋਂ ਹੀ ਇੱਕ ਜਿਹੜੀ ਕਿਤਾਬ ਸੀਗੀ ਮੈਨੂੰ ਮਿਲੀ ਆਚਾਰਿਆ ਚਤੁਰਸੈਨ ਜੀ ਦੀ ਓਕੇ ਆਚਾਰਿਆ ਚਤੁਰਸੈਨ ਜੀ ਬਹੁਤ ਅੱਛੇ ਇੱਕ ਰਾਈਟਰ ਹੋਏ ਨੇ ਜਿਨ੍ਹਾਂ ਨੇ ਕਿ ਬਹੁਤ ਹੀ ਵਿਸਤਾਰਪੂਰਵਕ फ्रॉम द बिगनिंग मैं तो यह कह बिगनिंग नहीं बल्कि सिंधु घाटी सभ्यता जिन्हों के ओल्डेस्ट सिविलाइजेशन ऑफ द वर्ल्ड कहने क्योंकि दुनिया देखो दो सिविलाइजेशन है बिल्कुल जिसे बिहाफ पर अगर असं अनाल करना है एंशियंट टाइम मॉडर्न टाइम या फ्यूचर टाइम वो दो सभ्यता आप पढ़ते हैं ओके okay. एक हैगी नील घाटी की सभ्यता एक हैगी सिंधु घाटी की सभ्यता ਠੀਕ ਹੈ ਨੀਲ ਘਾਟੀ ਦੀ ਜਿਹੜੀ ਸਭਿਤਾ ਹੈ ਇੱਕ ਐਸੀ ਸਭਿਤਾ ਸੀ ਐਸੀ ਸਮ੍ਰਿੱਧ ਸਭਿਤਾ ਸੀ ਕਿ ਜਿਵੇਂ ਕਿ ਸਿੰਧੂ ਘਾਟੀ ਦੀ ਸਭਿਤਾ ਨੂੰ ਆਪਾਂ ਕਹਿ ਸਕਦੇ ਹਾਂ ਹਾਂਜੀ ਉਹਦੇ ਬਰਾਬਰ ਹੀ ਇੱਕ ਐਸੀ ਸਭਿਤਾ ਸੀ ਜਿਹੜੀ ਕਿ ਯੂਰਪ ਤੋਂ ਪਨਪੀ ਸੀਗੀ ਹੈ ਨਾਲ ਓਕੇ ਪਰ ਸਿੰਧੂ ਘਾਟੀ ਦੀ ਜਿਹੜੀ ਸਭਿਤਾ ਜਿਹਨੂੰ ਕਿ ਅਸੀਂ ਭਾਰਤ ਵਰਸ਼ ਦੀ ਹੈ ਜਾਂ ਜੰਬੂ ਦੇਵ ਦੀ ਸਭਿਤਾ ਕਹਿੰਦੇ ਆ ਇਹ ਸਭਿਤਾ ਉਸ ਨੀਲ ਦੀ ਘਾਟੀ ਤੋਂ ਵੀ ਜ਼ਿਆਦਾ ਸਮ੍ਰਿੱਧ ਤੇ ਵਿਸਤ੍ਰਿਤ ਸੀਗੀ ਸਮਰੱਧ ਤੇ ਵਿਸਥਿਤ ਇਸ ਕਰਕੇ ਕਵਾਂਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਐਂਸ਼ੀਅੰਟ ਟਾਈਮ ਸੀਗਾ ਹਾਂਜੀ ਉਦੋਂ ਕੋਈ ਕੋਇਨਸ ਨਹੀਂ ਚੱਲਦੇ ਸੀ ਬਿਲਕੁਲ ਕੋਈ ਮੁਦਰਾ ਨਹੀਂ ਸੀ ਚੱਲਦੀ ਉਦੋਂ ਚੱਲਦਾ ਕੀ ਹੁੰਦਾ ਸੀ ਬਾਟਰ ਸਿਸਟਮ ਬਾਟਰ ਸਿਸਟਮ ਯਾਨੀ ਕਿ ਅਦਲਾ ਬਦਲੀ ਵੀ ਲੈ ਵੀ ਚੀਜ਼ ਬਦਲੇ ਚੀਜ਼ ਹਾਂ ਚੀਜ਼ ਬਦਲੇ ਚੀਜ਼ ਇੱਕ ਆਪਾਂ ਆਮ ਲੈਂਗੁਏਜ ਚ ਕਹਿ ਲਈਏ ਵੀ ਲੈ ਵੀ ਮੇਰੇ ਸ਼ਹਿਰ ਦੇ ਵਿੱਚ ਜਾਂ ਮੇਰੇ ਪਿੰਡ ਦੇ ਵਿੱਚ ਜਾਂ ਮੇਰੇ ਦੇਸ਼ ਦੇ ਵਿੱਚ ਡਰਾਈ ਫਰੂਟਸ ਜ਼ਿਆਦਾ ਹੋ ਰਿਹਾ ਹੈ ਜਿਵੇਂ ਕਿ ਅਫਗਾਨਿਸਤਾਨ ਹੈ ਬਿਲਕੁਲ ਉਹ ਡਰਾਈ ਫਰੂਟਸ ਲੈ ਕੇ ਇੰਡੀਆ ਜਾਂਦਾ ਸੀ ਹਾਂਜੀ ਹਾਂਜੀ ਤੇ ਇੰਡੀਆ ਤੋਂ ਆਂਬ ਵਧੀਆ ਹੁੰਦਾ ਸੀਗਾ ਰੇਸ਼ਮ ਵਧੀਆ ਹੁੰਦਾ ਸੀਗਾ ਨੀਲ ਜਿਹਨੂੰ ਕਿ ਆਪਾਂ ਇੱਕ ਤਰ੍ਹਾਂ ਸਿੰਧੂ ਘਾਟੀ ਨੂੰ ਨੀਲ ਦੀ ਘਾਟੀ ਵੀ ਆਪਾਂ ਕਹਿ ਦਿੰਦੇ ਆ ਨੀਲ ਸਪਾਈਸਿਸ ਸਾਡੇ ਇੰਡੀਆ ਦੇ ਬਹੁਤ ਮਸ਼ਹੂਰ ਸੀ ਇਹਦੇ ਨਾਲ ਨਾਲ ਹੀ ਜੁਐਲਰੀ ਓਕੇ ਜਿਹਦੇ ਵਿੱਚ ਡਾਇਮੰਡ ਮੋਤੀ ਸੋਨਾ ਚਾਂਦੀ ਉਹ ਨਿਕਲਦਾ ਸੀਗਾ ਇਹ ਜਿਹੜੇ ਪੂਰੇ ਵਰਲਡ ਤੋਂ ਵਪਾਰ ਹੁੰਦਾ ਸੀਗਾ ਸਾਡਾ ਜਿਹੜਾ ਭਾਰਤਵਰਸ਼ ਸੀਗਾ ਤੁਸੀਂ ਇਹਨੂੰ ਗਲੋਬਲੀਕਲੀ ਦੇਖੋ ਨਾ ਤੇ ਭਾਰਤ ਪੂਰਾ ਮੱਧਿਆ ਦੇ ਵਿੱਚ ਆਂਦਾ ਹੈ ਬਿਲਕੁਲ ਚਾਹੇ ਉਹ ਉੱਤਰ ਚ ਲੈ ਲਈਏ ਦੱਖਣ ਚ ਲੈ ਲਈਏ ਪੂਰਬ ਚ ਲੈ ਲਈਏ ਜਾਂ ਪੱਛਮ ਚ ਲੈ ਲਈਏ ਇਹ ਸਾਰੇ ਭਾਰਤ ਦੀ ਜਿਹੜੀ ਸਿਚੁਏਸ਼ਨ ਆ ਐਸੀ ਸਿਚੁਏਸ਼ਨ ਆ ਕਿ ਤਿੰਨ ਤਰਫੋਂ ਪਾਣੀ ਦੇ ਨਾਲ ਘਿਰਿਆ ਹੋਇਆ ਹੈ ਔਰ ਐਸ਼ੀਅਨ ਟਾਈਮ ਦੇ ਵਿੱਚ ਸਾਡਾ ਜਿੰਨਾ ਵੀ ਵਪਾਰ ਹੁੰਦਾ ਸੀਗਾ ਇਹ ਪਾਣੀ ਦੇ ਥਰੂ ਹੁੰਦਾ ਸੀਗਾ ਓਕੇ ਠੀਕ ਹੈ 뎃ਸ ਵਾਈ ਇਹਦੇ ਵਿੱਚ ਜਿਹੜਾ ਆਪਾਂ ਕਹ ਲਈਏ ਕਿ ਸੈਂਟਰਲਾਈਜ਼ ਐਂਸ਼ੀਅਨ ਟਾਈਮ ਦੇ ਵਿੱਚ ਸੀਗਾ ਉਹ ਸੀ ਕਿ ਲੰਕਾ ਓਕੇ ਲੰਕਾ ਦੇ ਉੱਪਰ ਜਿਹੜਾ ਰਾਜ ਸੀਗਾ ਉਹ ਕੁਬੇਰ ਜੀ ਦਾ ਸੀ ਉਹ ਕੁਬੇਰ ਨੂੰ ਆਪਾਂ ਤਨ ਦਾ ਦੇਵਤਾ ਕਹਿੰਦੇ ਆ ਬਿਲਕੁਲ ਤਨ ਦਾ ਦੇਵਤਾ ਇਸ ਕਰਕੇ ਕਿਉਂਕਿ ਉਹਦੇ ਕੋਲ ਅਪਾਰ ਤਨ ਸਗਾਏ ਨਾਲ ਅਪਾਰਤਾ ਨਿਸਕਰ ਕੇ ਸੀਗਾ ਕਿਉਂਕਿ ਦੁਨੀਆ ਦਾ ਜਿਹੜਾ ਵਪਾਰ ਉੱਥੇ ਹੁੰਦਾ ਸੀਗਾ ਉਹਦੇ ਬਦਲੇ ਉਹ ਸੋਨਾ, ਚਾਂਦੀ, ਹੀਰੇ, ਮੋਤੀ, ਜਵਾਰਾਤ ਲੈ ਕੇ ਪੂਰੀ ਦੁਨੀਆ ਨੂੰ ਨੀਲ, ਸਿਲਕ ਜਾਂ ਫਿਰ ਸਪਾਈਸਸ ਇਹ ਚੀਜ਼ਾਂ ਦਿੰਦੇ ਹੁੰਦੇ ਸੀਗੇ ਨਾਲ ਠੀਕ ਹੈ ਤੇ ਇਸ ਤਰ੍ਹਾਂ ਸਾਡਾ ਜਿਹੜਾ ਭਾਰਤਵਸ਼ੀ ਇੰਨਾ ਕਿ ਸਮ੍ਰਿੱਧ ਹੋਇਆ ਪਿਆ ਸੀ ਕਿ ਹਰ ਇੱਕ ਕੰਟਰੀ ਤੋਂ ਹਰ ਇੱਕ ਕੌਂਟੀਨੈਂਟ ਤੋਂ ਲੋਕੀ ਇੱਥੇ ਆ ਕੇ ਵਸਣਾ ਸ਼ੁਰੂ ਕਰਦੇ ਸੀਗੇ ਔਰ ਉਸੇ ਚੀਜ਼ ਦੇ ਵਿੱਚ ਜਦੋਂ ਇਨਵੇਡਰਸ ਵੈਰਾ ਆਉਂਦੇ ਸੀਗੇ ਹੋਣ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀਆਂ ਕੋਈ ਚੰਗੇ ਵੀ ਹੁੰਦੇ ਕੋਈ ਮਾੜੇ ਵੀ ਹੁੰਦੇ ਆ ਉਹਦੇ ਵਿੱਚ ਹੀ ਜਿਹੜੇ ਕੀ ਲੋਕ ਐਸੇ ਵੀ ਸੀ ਕਿ ਜਿਹੜੀ ਸਮ੍ਰਿੱਧ ਸੰਸਕ੍ਰਿਤੀ ਸੀਗੀ ਉਸ ਸੰਸਕ੍ਰਿਤੀ ਨੂੰ ਉਹਨਾਂ ਨੂੰ ਲੁੱਟਣ ਦਾ ਉਹਨਾਂ ਨੂੰ ਜਲਾਣ ਦਾ ਜਾਂ ਉਹਨਾਂ ਕੋਲ ਜੋ ਵੀ ਸੰਪਦਾ ਸੀਗੀ ਉਹਨੂੰ ਖੋਹਣ ਦਾ ਉਹਨਾਂ ਨੇ ਕੀਤਾ ਇੰਤਿਹਾਮ ਓਕੇ ਜਿਹਦੇ ਨਾਲ ਕੀ ਹੋਇਆ ਕਿ ਜਿਹੜੇ ਬਾਹਰੋਂ ਲੋਕੀ ਆ ਰਹੇ ਸੀ ਜਾਂ ਇੱਥੇ ਨੇਟਿਵ ਰਹਿੰਦੇ ਸੀ ਉਹਨਾਂ 'ਚ ਆਪਸ ਵਿੱਚ ਕਲੈਸ਼ ਹੋਣ ਲੱਗ ਪਏ ਮਤਲਬ ਆਪਸ ਲੜਾਈਆਂ ਹੋਣ ਲੱਗ ਪੀਆਂ ਨਾਲ ਠੀਕ ਹੈ ਉਹ ਜਦੋਂ ਲੜਾਈਆਂ ਹੋਈਆਂ ਤਾਂ ਉਹਨਾਂ ਲੜਾਈਆਂ ਤੋਂ ਆਪਾਂ ਕਿਵੇਂ ਬਚਣਾ ਹੈ ਉਹ ਜਿਹੜੇ ਢੰਗ ਸਾਨੂੰ ਸਿਖਾਏ ਆ ਉਸੇ ਚੀਜ਼ ਨੂੰ ਲੈ ਕੇ ਅਚਾਰੇ ਚਤੁਰ ਸੈਨ ਜੀ ਨੇ ਬਹੁਤ ਹੀ ਅੱਛੀ ਤਰ੍ਹਾਂ ਡਿਫਾਈਨ ਕੀਤਾ ਆਪਣੀ ਕਿਤਾਬ ਦੇ ਵਿੱਚ ਜਿਹਦਾ ਕਿ ਨਾਮ ਉਹਨਾਂ ਰੱਖਿਆ ਸੀ ਵਿਆਮ ਰਕਸ਼ਾਮ ਯਾਨੀ ਕਿ ਆਪਣੀ ਰੱਖਿਆ ਆਪ ਤਦ ਕਰਕੇ ਇਸ ਨਾਮ ਨੂੰ ਸੁਣਿਆ ਤੁਸੀਂ ਮਤਲਬ ਪੂਰੀ ਸਰਚ ਕਰ ਲਈ ਵਿਆਮ ਰਕਸ਼ਾਮ ਦਾ ਕੀ ਮਤਲਬ ਹੈ ਕਿੱਥੋਂ ਆਇਆ ਕਿੱਥੋਂ ਐ ਤੇ ਕਿਉਂ ਦਿੱਤਾ ਗਿਆ ਇਹ ਨਾਮ ਆਪਾਂ ਹੁਣ ਜਿਹੜੀ ਬੁੱਧ ਕਾਲੀਨ ਸਭਿਆਤਾ ਕਹ ਲਈਏ ਬਿਲਕੁਲ ਜਿਹਨੂੰ ਕੋਈ ਇੱਕ ਸ਼ਕ ਸੰਬਤ ਕਹਿੰਦੇ ਆ ਸ਼ਕ ਸੰਬਤ ਜਿਹੜਾ ਨਾ ਉਹ ਸੰਬਤ ਆ ਜਿੱਥੋਂ ਕਿ ਆਪਾਂ ਐਂਸ਼ੀਅੰਟ ਟਾਈਮ ਆਫ ਇੰਡੀਆ ਆਪਾਂ ਕਾਊਂਟ ਕਰਦੇ ਆ ਓਕੇ ਉਸ ਤੋਂ ਬਾਅਦ ਜੋ ਆਇਆ ਵਿਕਰਮ ਸੰਬਤ ਉਸ ਤੋਂ ਬਾਅਦ ਆਇਆ ਫਿਰ ਕੈਲੰਡਰ ਜਿਹੜਾ ਕਿ ਆ ਦੀ ਡੇਟ ਚ ਆਪਾਂ ਜਾਣਦੇ ਆ ਜਨੂਰੀ ਫਰਵਰੀ ਮਾਰਚ ਅਪ੍ਰੈਲ ਬਿਲਕੁਲ ਜਾਂ ਜਿਹਨੂੰ ਆਪਾਂ ਥੋੜਾ ਹੋਰ ਵੀ ਅੱਛੇ ਢੰਗ ਨਾਲ ਕਹ ਲਈਏ ਜਿਹਨੂੰ ਬਿਫੋਰ ਕ੍ਰਾਈਸਟ ਈਰ ਜਾਂ アフター क्राइस्ट टाइम अपॉन कादने ओके एनाडोमनी और बिफोर, AD, BC. BC. AD बिफोर क्राइस्ट एडी बीसी एडी ਦਾ ਮਤਲਬ ਜਿਹੜਾ ਪ੍ਰੈਜ਼ੈਂਟ ਟਾਈਮ ਬੀਸੀ ਦਾ ਮਤਲਬ ਬਿਫੋਰ ਕ੍ਰਾਈਸ ਯਾਨੀ ਕਿ ਕ੍ਰਾਈਸ ਨੂੰ ਇੱਕ ਆਪਾਂ ਇੱਕ ਟਾਈਮ ਲਿਮਿਟ ਮੰਨ ਲੈਂਦੇ ਆ ਕਿ ਕ੍ਰਾਈਸ ਤੋਂ ਪਹਿਲਾਂ ਆ ਚੀਜ਼ਾਂ ਹੋਈਆਂ ਸੀਗੀਆਂ ਉਹ ਚੀਜ਼ਾਂ ਜਿਹੜੀਆਂ ਸਾਨੂੰ ਇੱਕ ਤਰ੍ਹਾਂ ਕਿਤਾਬਾਂ ਵਿੱਚ ਕਹਾਣੀਆਂ ਵਿੱਚ ਦੰਤ ਕਥਾਵਾਂ ਵਿੱਚ ਮਿਲਦੀਆਂ ਸੀਗੀਆਂ ਨਾਲ ਉਹ ਸਾਰੀ ਚੀਜ਼ਾਂ ਨੂੰ ਜਦੋਂ ਕੰਪਾਈਲ ਕੀਤਾ ਗਿਆ ਜਿਹੜੇ ਜਿਹੜੇ ਮਨੁਸ਼ੀਆ ਨੇ ਉਸ ਨੂੰ ਕੰਪਾਈਲ ਕੀਤਾ ਉਹਨਾਂ ਦੀਆਂ ਇੱਕ ਸਾਈਤਾਵਾਂ ਬਣੀਆਂ ਓਕੇ ਉਹਨਾਂ ਦੇ ਇੱਕ ਗ੍ਰੰਥ ਬਣੇ ਜਿਵੇਂ ਕਿ 올ਡੇਸਟ ਆਪਾਂ ਕਹਿ ਲਈਏ ਸਕ੍ਰਿਪਟ ਜਿਹਨੂੰ ਕਹਿੰਦੇ ਹੈਗੇ ਆ ਹਾਂਜੀ ਹਾਂਜੀ 올ਡੇਸਟ ਬਹੁਤ ਪੁਰਾਣਾ 올ਡੇਸਟ 올ਡੇਸਟ ਫਰਮ ਦਾ ਟਾਈਮ ਆਫ ਬਿਗਨਿੰਗ ਓਕੇ ਥੈਟ ਇਜ਼ ਰਿਗਵੇਦਸ ਓਕੇ ਰਿਗਵੇਦ ਜਿਹੜੇ ਚਾਰਾ ਵੇਦਾਂ ਚੋਂ ਲਿਖਿਆ ਹੋਇਆ ਹੈ ਸਾਡਾ ਇੱਕ ਵੇਦ ਹੈਗਾ ਜਿਹੜਾ ਕਿ ਸਭ ਤੋਂ ਪੁਰਾਣਾ ਵੇਦ ਹੈਗਾ ਉਸ ਵਿੱਚ ਸਾਨੂੰ ਸਿਖਾਇਆ ਗਿਆ ਕਿ ਕਿਵੇਂ ਅਸੀਂ ਆਪਣਾ ਜੀਵਨ ਜਾਪਨ ਕਰਨਾ ਹੈ ਕਿਵੇਂ ਅਸੀਂ ਆਪਣੀ ਖੇਤੀਬਾੜੀ ਕਰਨੀ ਹੈ ਕਿਵੇਂ ਅਸੀਂ ਆਪਣੀ ਰੱਖਿਆ ਕਰਨੀ ਹੈ ਇਸੇ ਚੀਜ਼ ਨੂੰ ਜਿਹੜਾ ਪੂਰਾ ਸਿੱਖ ਕੇ ਉਹਨੂੰ ਆਪਣੇ ਤੇ ਪ੍ਰੈਕਟੀਕਲ ਕਰਕੇ ਮਹਾਤਮਾ ਬੁੱਧ ਜੀ ਨੇ ਉਹਦਾ ਜਿਹੜਾ ਪ੍ਰਚਾਰ ਆ ਪੂਰੇ ਵਰਲਡ ਦੇ ਵਿੱਚ ਕੀਤਾ ਸੀ ਕਿ ਜੇਕਰ ਅਸੀਂ ਆਪਣੀ ਰੱਖਿਆ ਕਰਨੀ ਹੈ ਤਾਂ ਉਹਦੇ ਵਾਸਤੇ ਸਾਨੂੰ ਕਿਸੇ ਨੂੰ ਮਾਰਨ ਦੀ ਜ਼ਰੂਰਤ ਨਹੀਂ ਹੈ ਮਾਰਨ ਦੀ ਜ਼ਰੂਰਤ ਨਹੀਂ ਹੈ ਵੀ ਇਹ ਨਹੀਂ ਕਿ ਆਪਾਂ ਉਹਨੂੰ ਜਾਨੋਂ ਮਾਰ ਦਈਏ ਤਾਂ ਫੇਰ ਹੀ ਆਪਣੀ ਰੱਖਿਆ ਹੁੰਦੀ ਹੈ ਉਹਨਾਂ ਨੇ ਸਾਨੂੰ ਐਸੀ-ਐਸੀ ਟੈਕਨੀਕਸ ਦਿੱਤੀ ਹੈ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਕਿ ਜਿਹਨੂੰ ਆਪਾਂ ਕਰਾਟੇ ਕੁੰਗ ਫੂ ਜਾਂ ਜੁੱਡੋ ਆਪਾਂ ਕਹ ਲੈਨੇ ਆ ਜਾਂ ਇੱਕ ਸੌਦੇ ਵਿੱਚ ਖੇਡ ਜਿਹੜੀ ਕਰਦੇ ਹੈਗੇ ਆ ਅੱਜ ਵੀ ਕਰਦੇ ਆ ਜਿਹਨੂੰ ਕਿ ਆਤਮ ਰੱਖਿਆ ਦੇ ਤੌਰ ਤੇ ਇਸਤੇਮਾਲ ਕਰਦੇ ਹੈਗੇ ਆ ਜਾਂ ਜਿਹਨੂੰ ਆਪਾਂ ਕਹ ਲਈਏ ਕਿ 올ਡੇਸਟ ਫਾਰਮ ਆਫ ਦਾ ਕੁੰਗ ਫੂ ਹੈ ਉਹ ਇੱਕ ਕਲੇਰੀ ਪੱਟੂ ਕਲੇਰੀ ਪੱਟੂ ਉਹਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਆਪਣੀ ਰੱਖਸ਼ਾ ਹਥਿਆਰ ਦੇ ਨਾਲ ਵੀ ਨੰਗੇ ਹੱਥਾਂ ਦੇ ਨਾਲ ਵੀ ਕਿਵੇਂ ਅਸੀਂ ਕਰਨੀ ਹੈਗੀ ਆ मतलब ਹਥਿਆਰ ਨਾਲ ਵੀ ਉਹ ਪ੍ਰੈਕਟਿਸ ਕਰਾਉਂਦੇ ਆ ਤੇ ਤੇ ਨੰਗੇ ਹੱਥਾਂ ਨਾਲ ਵੀ ਕਰਾਉਂ ਜਾਂਦੇ ਆ मतलब ਵੀ ਦਾ ਹਥਿਆਰ ਜਿਵੇਂ ਕਿ ਜੁੱਡੋ ਐ ਕਰਾਟੇ ਐ ਕੁੰਫੂ ਆ ਆਪਣੇ ਆਪਣੇ ਹੱਥਾਂ ਨੂੰ ਹੀ ਆਪਣੀ ਟੈਕਨੀਕ ਨੂੰ ਹੀ ਅਸੀਂ ਇਸਤੇਮਾਲ ਕਰਦੇ ਆ ਕਿ ਜਿੰਨੀਆਂ ਸਾਡੇ ਦੇ ਵਿੱਚ ਦੇਖੋ ਸਰੀਰ ਆ ਜਿਹੜਾ ਸਰੀਰ ਦੇ ਵਿੱਚ ਤਕਰੀਬਨ 260 ਬਾਹਰ ਤਰਨੀਆਂ ਨਾੜੀਆਂ ਆ ਗਈਆਂ ਨਾੜੀਆਂ ਬਿਲਕੁਲ ਹਰ ਇੱਕ ਨਾੜੀ ਤੇ ਹਰ ਇੱਕ ਜੋੜ ਤੇ ਹਰ ਇੱਕ ਹੱਡੀ ਤੇ ਆਪਾਂ ਕਿੱਥੇ ਕੀ ਵਾਰ ਕਰਨਾ ਹੈ ਤੇ ਉਹਦਾ ਅਸਰ ਕੀ ਹੋਣਾ ਓਕੇ ਇਹ ਜਸਟ ਲਾਈਕ ਇੱਕ ਤਰ੍ਹਾਂ ਦੀ ਸਾਇੰਸ ਸੀਗੀ ਇਹ ਹੈ ਇਹ ਜਿਹੜੀ ਸਾਇੰਸ ਆ ਸਾਨੂੰ ਜਿਹੜੀ ਦਿੱਤੀ ਗਈ ਕਿ ਅਸੀਂ ਆਪਣੀ ਰੱਖਿਆ ਦੂਸਰੇ ਤੋਂ ਅਸੀਂ ਕਿਵੇਂ ਕਰਨੀ ਆ ਇਹ ਬੜੇ ਇੱਕ ਅੱਛਾ ਵਿਆਖਿਆ ਜਿਹੜਾ ਆਚਾਰੇ ਚਤੁਰ ਸਿੰਘ ਜੀ ਨੇ ਆਪਣੀ ਕਿਤਾਬ 'ਚ ਕੀਤਾ ਸੀ ਤੇ ਉਸੇ ਕਿਤਾਬ ਦਾ ਨਾਮ ਉਹਨਾਂ ਨੇ ਵਿਆਮ ਰੱਖਸ਼ਮ ਜਿਹੜਾ ਰੱਖਿਆ ਤੇ ਮੈਂ ਇੱਕ ਬਹੁਤ ਹੀ ਅਟਰੈਕਟ ਹੋਇਆ ਸੀ ਉਹਨਾਂ ਦੀ ਵਿਚਾਰਧਾਰਾ ਤੋਂ ਉਹਨਾਂ ਦੀ ਬੁੱਕ ਤੋਂ 댓ਸ ਵਾਈ ਇਹੜਾ ਨਾਮ ਲੈ ਕੇ ਮੈਂ ਚੱਲਿਆ ਇਸ ਬਾਰੇ ਬਲਕਿ ਬਹੁਤ ਹੀ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚ ਕੋਈ ਟੀਚਰ ਵੀ ਨਹੀਂ ਨਾਈਟਲੀ ਐਕਸਪਲੇਨ ਕਰਦਾ ਉਸ ਜਿਹੜਾ ਡੀਪਲੀ ਜਿਨਾ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਉਸ ਵਰਡ ਨੂੰ ਤੇ ਬਹੁਤੇ ਲੋਕ ਖੁਸ਼ ਵੀ ਹੋਣਗੇ ਜਿਨ੍ਹਾਂ ਨੂੰ ਪਤਾ ਹੋਗਾ ਵਿਆਮ ਰਖਸ਼ਾਮ ਬਾਰੇ ਅ ਵੀ ਜੀ ਸੈਂਕ ਹੈ ਸਾਡੇ ਨਾ ਪ੍ਰੋਫੈਸਰ ਸਾਹਿਬ ਹੁੰਦੇ ਸੀਗੇ ਓਕੇ ਮੇਰੀ ਜਿਹੜੀ ਗ੍ਰੈਜੂਏਸ਼ਨ ਹੈ ਨਾ ਖਾਲਸਾ ਕਾਲਜ ਲੰਦਰ ਤੋਂ ਹੋਈ ਹੈ ਓਕੇ ਪੋਸਟ ਗ੍ਰੈਜੂਏਸ਼ਨ ਜਿਹੜੀ ਹੈ ਮੇਰੀ ਡੀਵੀ ਕਾਲਜ ਤੋਂ ਹੋਈ ਹੈ ਤੇ ਸਕੂਲਿੰਗ ਟਾਈਮ ਦੇ ਵਿੱਚ ਵੀ ਮੇਰੇ ਜਿਹੜੇ ਟੀਚਰਸ ਸੀਗੇ ਉਹਨਾਂ ਨੇ ਬਹੁਤ ਅੱਛੀਆਂ-ਅੱਛੀਆਂ ਸਾਨੂੰ ਸਾਡੇ ਇਤਿਹਾਸ ਦੇ ਉੱਤੇ ਸਾਡੇ ਗ੍ਰੰਥਾਂ ਦੇ ਉੱਤੇ ਜਾਂ ਜਿਹੜਾ ਪੀਰੀਅਡ ਸਾਡਾ ਲੱਗਦਾ ਹੁੰਦਾ ਸੀ ਧਾਰਮਿਕ ਸਿੱਖਿਆ ਦਾ ਓਕੇ ਉਦੇ ਵਿੱਚ ਕਿਸੇ ਸਾਨੂੰ ਸਨਾਤਨ ਸੰਸਕ੍ਰਿਤੀ ਸਖਾਈ ਜਾਂਦੀ ਸੀ ਕਿਸ ਸਨਾਤਨ ਸੰਸਕ੍ਰਿਤੀ ਕੀ ਹੈ ਸਨਾਤਨ ਸੰਸਕ੍ਰਿਤੀ ਜਿਹੜੀ ਆ ਇੱਕ ਐਸੀ ਸੰਸਕ੍ਰਿਤੀ ਹੈ ਜਿਹੜੇ ਪੂਰੇ ਵਿਸ਼ਵ ਦੇ ਵਿੱਚ ਪਾਈਚਾਰਾ ਤੇ ਪ੍ਰੇਮ ਫੈਲਾਉਂਦੀ ਹੈਗੀ ਹੈ ਇੱਕ ਉਹ ਸੰਸਕ੍ਰਿਤੀ ਹੈ ਜਿਹੜਾ ਹਰ ਇੱਕ ਦਾ ਵੈਲਕਮ ਕਰਦੀ ਹੈਗੀ ਹੈ ਇੱਕ ਉਹ ਸੰਸਕ੍ਰਿਤੀ ਹੈ ਜਿਹੜੀ ਕਿ ਭੁੱਖੇ ਨੂੰ ਖਾਣਾ ਦਿੰਦੀ ਹੈਗੀ ਹੈ ਇੱਕ ਉਹ ਸੰਸਕ੍ਰਿਤੀ ਹੈ ਜਿਹੜਾ ਕੋਈ ਸਾਡੀ ਸ਼ਰਨ ਚ ਆ ਜਾਂਦਾ ਤਾਂ ਉਹਦੀ ਅਸੀਂ ਰੱਖਿਆ ਕਿਵੇਂ ਕਰਨੀ ਹੈ ਬਿਲਕੁਲ ਇਹ ਉਹ ਸਨਾਤਨ ਸੰਸਕ੍ਰਿਤੀ ਸੀਗੀ ਜਿਹੜੇ ਕਿ ਅਸੀਂ ਭਾਰਤ ਦੇ ਮੂਲ ਨਿਵਾਸੀ ਇੱਥੇ ਉਹ ਅਡਾਪਟ ਕਰਦੇ ਸੀਗੇ ਤਾਂ ਉਹਨੂੰ ਮਾਨਤਾ ਲੈ ਕੇ ਨਾ ਕੇਵਲ ਮਨੁੱਖ ਦੇ ਨਾਲ ਬਲਕਿ ਅਸੀਂ ਪਸ਼ੂਆਂ ਦੇ ਨਾਲ ਪੰਛੀਆਂ ਦੇ ਨਾਲ ਵਨਸਪਤੀ ਦੇ ਨਾਲ ਇੰਨਾ ਕ ਪਿਆਰ ਕਰਦੇ ਸੀ ਜਿਹੜੀ ਗੱਲ ਸਾਨੂੰ ਅੱਜ ਕਹੀ ਜਾਂਦੀ ਹੈ ਕਿ ਅਸੀਂ ਆਪਣੀ ਵਨ ਸੰਪੱਧਾ ਦੀ ਅਸੀਂ ਰੱਖਿਆ ਕਰਨੀ ਹੈ ਜਿਵੇਂ ਕਿ ਤੁਸੀਂ ਅੱਜ ਕੱਲ ਦੇਖਦੇ ਹੋ ਕਿ ਬੜਾ ਇੱਕ ਹਵਾ ਜਾਂ ਚੱਲਿਆ ਪਿਆ ਕਿ ਆਕਸੀਜਨ ਬਿਲਕੁਲ ਆਕਸੀਜਨ ਜਿਹੜੀ ਘਟ ਰਹੀ ਹੈ ਆਹਦਾ ਤਾਜ਼ਾ ਮੁੱਦਾ ਵੀ ਦੁਨੀਆ ਵਿੱਚ ਇਹਦਾ ਆਕਸੀਜਨ ਆਕਸੀਜਨ ਕਿੱਥੋਂ ਘਟ ਗਈ ਇਹਦਾ ਸਿੱਧਾ ਤੇ ਸਿੱਧਾ ਜਿਹੜਾ ਕਾਰਨ ਇਹ ਹੈ ਕਿ ਅਸੀਂ ਆਪਣੀ ਸੰਸਕ੍ਰਿਤੀ ਦੇ ਨਾਲ ਅਸੀਂ ਆਪਣੇ ਪਰਿਆਵਰਣ ਦੇ ਨਾਲ ਛੇੜਛਾੜ ਕੀਤੀ ਕਿਉਂਕਿ ਜੀਵਨ ਆ ਜਿਹੜੀ ਜਿਹਨੂੰ ਕਿ ਆਪਾਂ ਜ਼ਿੰਦਗੀ ਕਹਿ ਦਿੰਨੇ ਆ ਉਹ ਚਾਹੇ ਪਸ਼ੂਆਂ ਦੀ ਆ ਚਾਹੇ ਪੰਛੀਆਂ ਦੀ ਆ ਚਾਹੇ ਮਨੁੱਖਿਆ ਦੀ ਆ ਬਿਲਕੁਲ ਇਹ ਸਿਰਫ ਤੇ ਸਿਰਫ ਪੰਜ ਤੱਤਾਂ ਤੇ ਈ ਧਾਰਿਤ ਹੈ ਓਕੇ ਪੰਜ ਤੱਤ ਜਿਹਨੂੰ ਆਪਾਂ ਪੰਜ ਅੰਮ੍ਰਿਤ ਵੀ ਕਹਿ ਦਿੰਨੇ ਆ ਉਹਨਾਂ ਪੰਜ ਅੰਮ੍ਰਿਤ ਦੇ ਵਿੱਚੋਂ ਧਰਤੀ ਆਕਾਸ਼ ਵਾਯੂ ਪਾਣੀ ਤੇ ਅਗਨੀ ਇਹ ਉਹ ਪੰਜ ਤੱਤ ਹੈ ਜਿਸ ਚੀਜ਼ ਤੋਂ ਸਾਰੀ ਸਾਰੀ ਸਾਡੀ ਸ੍ਰਿਸ਼ਟੀ ਬਣੀ ਹੈ ਇਹ ਮਨੁੱਖਿਆ ਬਨੇ ਨੇ ਇਹ ਪਸ਼ੂ ਪੰਛੀ ਪੇੜ ਸਾਰੇ ਬਨੇ ਆ ਅਗਰ ਇੱਕ ਤੱਤ ਵੀ ਚ ਘਟ ਜਾਏ ਤੇ ਸ੍ਰਿਸ਼ਟੀ ਜਿਹੜੀ ਨਾ ਅਪੂਰਨ ਹੋ ਜਾਂਦੀ ਹੈ ਯਾਨੀ ਕਿ ਖਤਮ ਹੋ ਜਾਏਗੀ ਇਹ ਖਤਮ ਹੋ ਜਾਏਗੀ ਆਈ ਦੀ ਡੇਟ ਤੇ ਚਾਪਾ ਕੀ ਕੀਤਾ ਮਾਡਰਨ ਹੋਣ ਦੇ ਲਈ ਅਸੀਂ ਆਪਣੇ ਪੇੜਾ ਨੂੰ ਵੱਡਣਾ ਸ਼ੁਰੂ ਕਰ ਦਿੱਤਾ ਬਿਲਕੁਲ ਗ੍ਰੀਨ ਏਰੀਆ ਪੂਰੀ ਖਤਮ ਕਰ ਬਿਲਕੁਲ ਜਿੱਥੇ ਕਿ ਪੇੜ ਸਾਨੂੰ ਲੱਕੜੀ ਦਿੰਦਾ ਸੀਗਾ ਬਹੁਤ ਸਾਰੇ ਪਸ਼ੂ ਪੰਛੀਆਂ ਨੂੰ ਆਸ਼ਰਯ ਦਿੰਦਾ ਸੀਗਾ ਸਾਨੂੰ ਫਲ ਦਿੰਦਾ ਸੀਗਾ ਉਹ ਪੇੜਾ ਨੂੰ ਆਪਾਂ ਵੱਡ ਕੇ ਅੱਜ ਦੀ ਡੇਟ 'ਚ ਅਸੀਂ ਐਸੇ ਪੇੜ ਬਣਾ ਲਏ ਆ ਪੇੜ ਯਾਨੀ ਕਿ ਇੱਕ ਜੰਗਲ ਐਸਾ ਬਣਾਤਾ ਜਿਹਨੂੰ ਕੋਈ ਕੰਕਰੀਟ ਦਾ ਜੰਗਲ ਆਪਾਂ ਕਹਿੰਦੇ ਆ ਬਿਲਕੁਲ ਸਰ ਕੰਕਰੀਟ ਦਾ ਜੰਗਲ ਯਾਨੀ ਕਿ ਉਹ ਘਰ ਜਿੱਥੇ ਕਿ ਅਸੀਂ ਪਰਿਆਵਰਨ ਨੂੰ ਹਟਾਤਾ ਗ੍ਰੀਨਰੀ ਨੂੰ ਹਟਾਤਾ ਉਹ ਗ੍ਰੀਨਰੀ ਜਿਹੜੀ ਸਾਨੂੰ ਖਾਣ ਨੂੰ ਦਿੰਦੀ ਹੈ ਸਾਨੂੰ ਆਸ਼ੇ ਦਿੰਦੀ ਹੈ ਸਾਨੂੰ ਆਕਸੀਜਨ ਦਿੰਦੀ ਹੈ ਉਹਨੂੰ ਹਟਾ ਕੇ ਤਾਂ ਅਸੀਂ ਇੱਕ ਐਸੀਆਂ ਮਾਰਦਾ ਖੜੀਆਂ ਕਰਤੀਆਂ ਜਿਹੜੀ ਸੂਰੇ ਦੀ ਤਪਿਸ਼ ਦੇ ਵਿੱਚ ਹੋਰ ਤਪਦੀਆਂ ਇਹਦਾ ਇਹੀ ਕਾਰਨ ਹੈ ਕਿ ਸਾਡੇ ਵਾਤਾਵਰਣ ਜੇ ਨੂੰ ਆਪਾਂ ਹਾਰਾਈਜ਼ਨ ਵੀ ਕਹ ਦਿੰਨੇ ਆ ਜਾਂ ਓਜ਼ੋਨ ਲੇਅਰ ਵੀ ਕਹ ਦਿੰਨੇ ਆ ਇਹ ਵੱਧ ਰਹੀ ਹੈ ਕਿਉਂਕਿ ਕਾਰਬਨ ਡਾਈਆਕਸਾਈਡ ਪਲੱਸ ਐਸੀ ਐਸੀ ਗੈਸਿਸ ਪ੍ਰੋਡਿਊਸ ਹੋ ਰਹੀਆਂ ਜਿਹੜੀ ਕਿ ਇਹਨੂੰ ਇਫੈਕਟ ਕਰ ਰਹੀ ਹੈ ਉਹਦੇ ਇਫੈਕਟ ਕਰਨਾ ਆਕਸੀਜਨ ਜਿਹੜੀ ਆ ਘਟ ਰਹੀ ਹੈ ਆਕਸੀਜਨ ਜਿਹੜੀ ਆ ਉਹ ਸਾਨੂੰ ਘਟ ਮਾਤਰਾ ਦੇ ਵਿੱਚ ਮਿਲ ਰਹੀ ਹੈ ਤੁਸੀਂ ਜਾਣਦੇ ਹੋ ਆਪਾਂ ਬਹੁਤਾ ਨਹੀਂ ਤਾਂ 200 ਸਾਲ ਪਿੱਛੇ ਚਲ ਜਾਈਏ ਤਾਂ ਸਾਡੀ ਧਰਤੀ ਦੇ ਵਿੱਚ ਇੰਨੇ ਕੀ ਜੰਗਲ ਸੀਗੇ ਜਾਂ ਪਹਾੜ ਜਿਹੜੇ ਸੀ ਲਬਾ ਲਬ ਹੁੰਦੇ ਸੀ ਪੇੜਾਂ ਦੇ ਨਾਲ ਪਰ ਅੱਜ ਅਸੀਂ ਪਹਾੜਾਂ ਤੇ ਚਲ ਜਾਈਏ ਤਾਂ ਪਹਾੜ ਸਾਨੂੰ ਨੰਗੇ ਨਜ਼ਰ ਆਉਂਦੇ ਆ ਨੰਗੇ ਨਜ਼ਰ ਆਉਂਦੇ ਬਿਲਕੁਲ ਕਿਤੇ ਕਾਫੂਸ ਵੀ ਸਾਨੂੰ ਨਜ਼ਰ ਨਹੀਂ ਆਉਂਦਾ ਹੁਣ ਕਿਤੇ ਕਾਹ ਫੂਸ ਨਹੀਂ ਹੋਏਗਾ ਤਾਂ ਕਾਹ ਦੇ ਵਿੱਚੋਂ ਜਾਂ ਪੇੜ ਚੋਂ ਨਿਕਨਾਂ ਵਾਲੀ ਇੱਕ ਜਿਹੜੀ ਆਕਸੀਜਨ ਆ ਕਿਹੜਾ ਠੰਡਾਪਨ ਹੈਗਾ ਉਹ ਕਿੱਥੋਂ ਮਹਿਸੂਸ ਹੋਏਗਾ ਆਪਾਂ ਨੂੰ ਇਹਦਾ ਇੱਕ ਵੱਡਾ ਕਾਰਨ ਇਹ ਹੀ ਹੈ ਕਿ ਅਸੀਂ ਮਾਡਰਨ ਹੋਣ ਦੇ ਤਰੀਕੇ ਵਿੱਚ ਆਪਣੇ ਪਰਿਆਵਰਣ ਦੇ ਨਾਲ ਇੰਨੀ ਕੁ ਅਸੀਂ ਛੇੜਛਾੜ ਕਰ ਦਿੱਤੀ ਕਿੜੇ ਧਰਤੀ ਦਾ ਜਿਹੜਾ ਬੈਲੈਂਸ ਹੈ ਨਾ ਅਸੀਂ ਖਰਾਬ ਕਰ ਦਿੱਤਾ ਬੈਲੈਂਸ ਅਨਬੈਲੈਂਸ ਕਰ ਦਿੱਤਾ ਬਿਲਕੁਲ ਚੰਗੀ ਤੇ ਰਹਿਣ ਜਿਸ ਨਾਲ ਹੁਣ ਇੱਕ ਨਦੀ ਜਿਹੜੀ ਬਹਿੰਦੀ ਸੀਗੀ ਹਾਂਜੀ ਜਿਹਨੂੰ ਕਿ ਆਪਾਂ ਅੱਜ ਦੀ ਡੇਟ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਬ੍ਰਹਮਪੁੱਤਰ ਆਪੇ ਕਹਿੰਦੇ ਨੇ ਬ੍ਰਹਮਪੁੱਤਰ ਜਿਹੜਾ ਹੈ ਉਹਦਾ ਉਦਗੋਸ਼ਣ ਹੈ ਉਦਗੋਸ਼ਣ ਜਾਨੀ ਕਿ ਜਿੱਥੋਂ ਨਿਕਲਦੀ ਹੈਗੀ ਹੈ ਉਹ ਇਹ ਹਿਮਾਲਿਆ ਹੈ ਹਿਮਾਲਿਆ ਤੋਂ ਜਦੋਂ ਨਿਕਲਦੀ ਹੈ ਨਦੀ ਉਹਦਾ ਜਿਹੜਾ ਰੂਪ ਬਣਦਾ ਹੈ ਉਹ ਇੰਨਾ ਕਿ ਜਿਆਦਾ ਵਾਈਡ ਰੂਪ ਹੁੰਦਾ ਹੈ ਕਿ ਸਾਡੇ ਪੂਰੇ ਭਾਰਤਵਰਸ਼ ਨੂੰ ਅਲੱਗ-ਅਲੱਗ ਛੋਟੀਆਂ-ਛੋਟੀਆਂ ਨਦੀਆਂ ਦਿੰਦੀ ਹੈ ਓਕੇ ਉਸੇ ਜਿੱਥੋਂ ਕਿ ਉਹਦਾ ਉਦਗੋਠ ਹੁੰਦਾ ਹੈਗਾ ਉਸੇ ਉਦਗੋਠ ਤੋਂ ਜਿਹੜੀ ਗੰਗਾ ਵੀ ਨਿਕਲਦੀ ਹੈ ਗੰਗਾ ਤੋਂ ਪਹਿਲਾਂ ਅਗਰ ਆਪਾਂ ਦੇਖ ਲਈਏ ਤਾਂ ਸਿੰਧ ਨਦੀ ਨਿਕਲਦੀ ਹੈਗੀ ਆ ਸਿੰਧ ਨਦੀ ਜਿਹੜੀ ਹਿਮਾਲਿਆ ਤੋਂ ਨਿਕਲ ਕੇ ਸਿੱਧੀ ਫਿਰ ਪਾਕਿਸਤਾਨ ਹਿੰਦੁਸਤਾਨ ਤੋਂ ਹੁੰਦੇ ਹੁੰਦੇ ਬੰਗਾਲ ਇਹਦਾ ਗੁਜਰਾਤ ਦੀ ਖਾੜੀ ਦੇ ਵਿੱਚ ਜਾ ਕੇ ਸਮਾ ਜਾਂਦੀ ਹੈਗੀ ਆ ਇਸੇ ਤੋਂ ਅੱਗੇ ਵਿਆਸ ਸਤਲੁਜ ਰਾਵੀ ਇਹ ਨਦੀਆਂ ਨਿਕਲਦੀਆਂ ਹੈਗੀਆਂ ਜਿਹੜੀ ਕਿ ਸਾਡੀਆਂ ਜੀਵਨ ਦਾਈ ਸੀਗੀਆਂ ਜੀਵਨਦਾਈ ਸਾਨੀ ਕੀ ਸਾਨੂੰ ਸਾਇੰਟਿਫਿਕ ਤਰਤੀ ਨੂੰ ਫਰਟਾਈਲ ਕਰਦੀਆਂ ਸੀਆਂ ਸਾਨੂੰ ਖੇਤੀ ਕਰਨ ਵਾਸਤੇ ਸਾਡੀ ਸਹਾਇਤਾ ਕਰਦੀਆਂ ਸੀ ਸਾਨੂੰ ਅੰਨ ਉਗਾਉਣ ਵਾਸਤੇ ਸਹਾਇਤਾ ਕਰਦੀਆਂ ਸੀ ਥੈਟਸ ਵਾਈ ਇੰਡੀਆ ਨੂੰ ਜਿਹੜਾ ਇਹਦਾ ਦਾ ਐਟਮੋਸਫੀਅਰ ਹੈਗਾ ਇਹਨਾਂ ਨਦੀਆਂ ਨੇ ਇਹਨਾਂ ਐਟਮੋਸਫੀਅਰ ਨੇ ਇਹਨਾਂ ਪਸ਼ੂ ਪੰਛੀਆਂ ਨੇ ਨੇ ਪੇੜਾਂ ਨੇ ਦਿੱਤਾ ਕਿ ਭਾਰਤ ਨੂੰ ਇੱਕ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀਗਾ ਬਿਲਕੁਲ ਭਾਰਤ ਦੇਸ਼ ਦੇ ਵਿੱਚ ਤੁਹਾਨੂੰ ਪਤਾ ਹੋਣਾ ਕਿ ਜੋ ਨਿਮਤਾ ਇਸ ਪਰਮਾਤਮਾ ਨੇ ਬਖਸ਼ੀਆਂ ਹੈ ਜਿੰਨੀ ਕਿਤੇ ਚੀਜ਼ਾਂ ਹੈਗੀਆਂ ਸਾਨੂੰ ਮਿਲਦੀਆਂ ਓਨੀ ਪੂਰੀਆਂ ਵਰਲਡ ਦੇ ਵਿੱਚ ਨਹੀਂ ਹੈ ਕਿਤੇ ਸਾਨੂੰ ਸਿਰਫ ਇਕੱਲਾ ਡਰਾਈ ਫਰੂਟ ਮਿਲ ਰਿਹਾ ਹੈ ਕਿਤੇ ਸਾਨੂੰ ਇਕੱਲਾ ਆਇਲ ਮਿਲ ਰਿਹਾ ਹੈ ਜਿਹਨੂੰ ਕਿ ਆਪਾਂ ਤੇਲ ਕਹਿ ਦਿੰਨੇ ਆ ਕਿਤੇ ਸਾਨੂੰ ਸਿਰਫ ਹੀਰੇ ਮੋਤੀ ਜਵਾਰਤ ਮਿਲ ਰਿਹਾ ਜਿਵੇਂ ਸਾਊਥ ਅਫਰੀਕਾ ਆਪਾਂ ਕਹਿ ਲਈਏ ਕਿਤੇ ਸਾਨੂੰ ਸਿਰਫ ਜੜੀ ਬੂਟੀਆਂ ਮਿਲਦੀਆਂ ਜਿਵੇਂ ਲਦਾਖ ਹੈ ਉੱਥੇ ਕੋਈ ਗ੍ਰੀਨਰੀ ਨਹੀਂ ਹੈ ਹਾਲੇ ਕਿ ਲਦਾਖ ਜਿਹੜਾ ਹੈਗਾ ਉਹ ਵੀ ਇੱਕ ਭਾਰਤ ਦਾ ਹਿੱਸਾ ਹੈਗਾ ਪਰ ਉਹਦੇ ਤੇ ਜਿਹੜੀ ਖੇਤੀਬਾੜੀ ਹੁੰਦੀ ਆ ਉਹ ਇੰਨੀ ਕਿ ਜਿਹੜੀ ਬੂਟੀਆਂ ਦੀ ਇਹਨਾਂ ਕੋਤੇ ਆਮ ਇੰਨੀ ਗ੍ਰੀਨਰੀ ਨਹੀਂ ਹੈ। ਉਹ ਤੇ ਬਰਫ਼ ਹੈ ਸਾਰੀ। ਪਰ ਉਥੋਂ ਜਿਹੜੀ ਗ੍ਰੀਨਰੀ ਦੇ ਨਾਲ ਨਾਲ ਜਿਹੜੀ ਇੱਕ ਨਦੀ ਨਿਕਲਦੀ ਆ ਸਾਨੂੰ ਇੱਕ ਸਵੱਛ ਵਾਟਰ ਦਿੰਦੀ ਹੈ ਜਿਹਨੂੰ ਕਿ ਆਪਾਂ ਮਾਨਸ ਰੋਵਰ ਵੀ ਆਪਾਂ ਕਹਿ ਦਿੰਨੇ ਆ ਜਾਂ ਬ੍ਰਹਮਪੁੱਤਰ ਨਦੀ ਵੀ ਆਪਾਂ ਕਹਿ ਦਿੰਨੇ ਆ ਜਾਂ ਸਿੰਧ ਦੀ ਨਦੀ ਵੀ ਆਪਾਂ ਕਹਿ ਦਿੰਨੇ ਆ ਜਾਂ ਗੰਗਾ ਜਾਂ ਯਮਨਾ ਵੀ ਆਪਾਂ ਕਹਿ ਦਿੰਨੇ ਆ ਇਹ ਜਿਹੜੇ ਨਦੀਆਂ ਸਾਨੂੰ ਜੀਵਨ ਦਿੰਦੀਆਂ ਜਿਨ੍ਹਾਂ ਨੂੰ ਕਿ ਆਪਾਂ ਪਾਣੀ ਨੂੰ ਅਗਨੀ ਨੂੰ ਤਰਤੀ ਨੂੰ ਆਕਾਸ਼ ਨੂੰ ਵਾਯੂ ਨੂੰ ਇੱਕ ਪੰਜ ਤੱਤ ਦਾ ਜਿਹੜਾ ਨਾਮ ਦਿੱਤਾ ਗਿਆ ਸਾਡੇ ਮਨੀਸ਼ੀਆਂ ਵੱਲੋਂ ਪੰਜ ਅੰਮ੍ਰਿਤ ਕਿਹਾ ਗਿਆ ਹੈ ਬਿਲਕੁਲ ਔਰ ਇਹਨਾਂ ਪੰਜ ਅੰਮ੍ਰਿਤਾਂ ਦੇ ਨਾਲ ਹੀ ਸਾਡੇ ਇਨਸਾਨ ਨੇ ਆਪਣੀ ਤਰੱਕੀ ਵਾਸਤੇ ਇਹਨਾਂ 'ਕੀ ਖੇਡ ਕੀਤਾ ਜਾਂ ਪ੍ਰਕਿਰਤੀ ਨਾਲ ਇੰਨੀ ਕਿ ਛੇੜਛਾੜ ਕਰ ਦਿੱਤੀ ਕਿ ਅੱਜ ਉਹ ਤਾਂ ਚੀਜ਼ਾਂ ਸਾਨੂੰ ਭੁਗਤਣੇ ਪੈ ਰਿਆ ਹੈ ਬਿਲਕੁਲ ਸਾਰੀ ਦੁਨੀਆ ਭੁਗਤ ਰਹੀ ਉਹ ਜਗ੍ਹਾ ਜਿੱਥੇ ਕਿ ਬਹੁਤ ਅੱਛੀ ਖੇਤੀ ਹੁੰਦੀ ਸੀ ਅੱਜ ਉਹ ਬੰਜਰ ਹੋਈ ਜਾ ਰਹੀ ਹੈ ਉਹ ਪੇੜ ਪੌਦੇ ਜਿੱਥੇ ਕਿ ਸਾਨੂੰ ਜਿਹੜੀ ਬੂਟੀਆਂ ਮਿਲਦੀਆਂ ਸੀਗੀਆਂ ਜਿਹਦੇ ਨਾਲ ਅਸੀਂ ਆਪਣੇ ਇਲਾਜ ਕਰਦੇ ਸੀਗੇ ਐਸੀਆਂ ਐਸੀਆਂ ਲਾ ਇਲਾਜ ਬਿਮਾਰੀਆਂ ਦਾ ਇਲਾਜ ਸਾਨੂੰ ਸਾਡੇ ਮਨੀਸ਼ੀਆਂ ਨੇ ਸਾਡੇ ਮਹਾਪੁਰਸ਼ਾਂ ਨੇ ਦੱਸਿਆ ਪਿਆ ਹੈ ਕਿ ਜਿਹਦਾ ਅਸੀਂ ਫੜਾਫਟ ਉਹਨੂੰ ਕਿਉਰ ਕਰ ਸਕਦੇ ਹਾਂ ਏਵੇਂ ਕਿ ਭਾਰਤ ਦੇ ਵਿੱਚ ਜਿਵੇਂ ਕਹਾਂ ਕਿ ਸੰਜੀਵਨੀ ਬੂਟੀ ਦਾ ਵੀ ਜ਼ਿਕਰ ਆਂਦਾ ਹੈ ਬਿਲਕੁਲ ਆਂਦਾ ਹੈ ਇਹ ਐਸੀ ਬੂਟੀ ਸੀ ਜਿਹਨਾਂ ਅਸੀਂ ਮ੍ਰਿਤ ਜੀਵ ਨੂੰ ਵੀ ਅਸੀਂ ਸੁਜੀਵ ਕਰ ਦਿੰਦੇ ਸੀਗੇ ਉਹ ਅੱਜ ਵੀ ਚੀਜ਼ਾਂ ਵਿਦਿਆਮਾਨ ਹੈ ਪਰ ਸਾਨੂੰ ਉਹਦੀ ਪਹਿਚਾਨ ਨਹੀਂ ਹੈ ਸਾਨੂੰ ਉਹਦਾ ਪ੍ਰਯੋਗ ਕਿਵੇਂ ਕਰਨਾ ਉਹ ਪਤਾ ਨਹੀਂ ਹੈ ਅਸੀਂ ਉਹ ਆਪਣੇ ਇਤਿਹਾਸ ਨੂੰ ਆਪਣੇ ਗ੍ਰੰਥਾਂ ਨੂੰ ਆਪਣੇ ਮਨੁਸ਼ੀਏ ਦੇ ਕਈਆਂ ਹੋਈਆਂ ਗੱਲਾਂ ਨੂੰ ਭੁੱਲ ਚੁੱਕੇ ਹਾਂ ਬਿਲਕੁਲ ਇਹ ਸਭ ਚੀਜ਼ਾਂ ਸਾਡੇ ਕੋਲ ਸਾਡੇ ਗ੍ਰੰਥਾਂ ਵਿੱਚ ਪਈਆਂ ਹੋਈਆਂ ਨੇ ਜਿਹੜੇ ਗ੍ਰੰਥ ਸਾਡੇ ਗੁਰਦੁਆਰਿਆਂ 'ਚ ਮੰਦਿਰਾਂ 'ਚ ਮਸਜਿਦਾਂਾਂ ਦੇ ਵਿੱਚ ਹਰ ਜਗ੍ਹਾ ਦੇ ਸਾਡੇ ਪਏ ਹੋਏ ਆ ਜਰੂਰ ਤਾਂ ਉਹਨੂੰ ਇੱਕ ਮੰਨਣ ਦੀ ਸਾਡੇ ਮੰਦਰ 'ਚੋਂ ਮਸਜਿਦ ਤੋਂ ਗੁਰਦੁਆਰਿਆਂ 'ਚੋਂ ਸਾਨੂੰ ਉਹ ਚੀਜ਼ਾਂ ਕਹੀਆਂ ਜਾਂਦੀਆਂ ਕਿ ਮਾਨਵਤਾ ਦੀ ਸੇਵਾ ਕਰੋ ਮਾਨਵਤਾ ਹਿਮੈਨਿਟੀ ਦੀ ਸੇਵਾ ਕਰੋ ਕਿਉਂਕਿ ਇਹ ਸੇਵਾ ਸਰਵੋਤਮ ਸੇਵਾ ਹੈ ਇੱਕ ਉਸ ਬੰਦੇ ਨੂੰ ਆਪਾਂ ਜਿਹੜਾ ਕਿ ਬੰਦਾ ਕਮਜ਼ੋਰ ਹੈ ਜਾਂ ਜਿਹੜੀ ਕੋਈ ਨਹੀਂ ਸਮਰੱਥਾ ਨਹੀਂ ਹੈ ਆਪਾਂ ਜਿਥੇ ਸਮਰੱਥ ਹੈਗੇ ਆ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਰੱਜੇ ਪਏ ਆ ਬਿਲਕੁਲ ਤੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਉਸ ਬੰਦੇ ਨੂੰ ਵੀ ਜਿਸ ਬੰਦੇ ਦੇ ਕੋਲ ਜਿਹੜੀ ਸੰਪਤਾ ਘੱਟ ਹੈਗੀ ਆ ਉਹਨੂੰ ਪਰਮਾਤਮਾ ਦੇ ਦਿੱਤੀ ਹੋਈ ਜਿਹੜੀ ਸਾਨੂੰ ਦਾਤ ਹੈਗੀ ਆ ਉਹਨੂੰ ਵੀ ਆਪਾਂ ਦਈਏ ਜਿਹਨੂੰ ਕਿ ਅਸੀਂ ਪੰਜਾਬੀ ਕਲਚਰ ਚ ਕਹਿੰਦੇ ਆ ਸਾਡੇ ਗੁਰੂਆਂ ਨੇ ਜਿਹੜੀ ਚੀਜ਼ ਕਹੀ ਹੈ ਦਸਵੰਦ ਇਵੇਂ ਹੀ ਚੀਜ਼ ਜਿਹੜੀ ਆ ਸਨਾਤਨ ਸਭਾ ਦੇ ਵਿੱਚ ਵੀ ਕਹੀ ਗਈ ਆ ਸਨਾਤਨ ਧਰਮ ਦੇ ਵਿੱਚ ਵੀ ਇਹੋ ਚੀਜ਼ ਕਹੀ ਹੋਈ ਆ ਕਿ ਅਗਰ ਤੁਹਾਡੇ ਕੋ ਕੋਈ ਸੰਪਦਾ ਹੈਗੀ ਆ ਜਾਂ ਕੋਈ ਸੰਪਤੀ ਹੈਗੀ ਆ ਉਹਦਾ ਦੂਸਰ ਨੂੰ ਵੀ ਮਦਦ ਕਰੋ ਤਾਂ ਕਿ ਉਹ ਵੀ ਉਸ ਚੀਜ਼ ਤੇ ਸੰਪੰਨ ਹੋ ਸਕੇ ਤਾਂ ਕਿ ਉਹਦਾ ਜਿਹੜਾ ਜੀਵਨ ਯਾਪਨ ਉਹ ਵੀ ਇੱਕ ਅੱਛਾ ਹੋ ਸਕੇ ਇਹ ਚੀਜ਼ਾਂ ਸਾਡੇ ਇਤਿਹਾਜ ਸਾਨੂੰ ਦੱਸੀਆਂ ਗਈਆਂ ਸੀ ਇਹ ਚੀਜ਼ਾਂ ਦਾ ਬੜੀ ਅੱਛੀ ਤਰ੍ਹਾਂ ਚਾਰੇ ਚਤੁਰ ਸਿੰਘ ਜੀ ਨੇ ਆਪਣੀ ਕਿਤਾਬ ਵਿਆਮ ਰੱਖਸ਼ਾਮ ਦੇ ਵਿੱਚ ਵਰਣਨ ਕੀਤਾ ਸੀ ਜਿਹੜਾ ਕਿ ਲਫ਼ਜ਼ ਮੈਨੂੰ ਸ਼ੁਰੂ ਤੋਂ ਬਚਪਨ ਤੋਂ ਅਟ੍ਰੈਕਟ ਕਰ ਰਿਹਾ ਸੀ ਉਹਦੀ ਜਿਹੜੀ ਅਛਾਈ ਹੈਗੀ ਉਸ ਵਰਡ ਦੀ ਉਹ ਮੈਨੂੰ ਉਸ ਕਿਤਾਬ ਤੋਂ ਮਿਲੀ ਉਹਦੀ ਡੈਫੀਨੇਸ਼ਨ ਆ ਮੈਨੂੰ ਆਚਾਰੀ ਚਤੁਰ ਸਿੰਘ ਜੀ ਤੋਂ ਮਿਲੀ ਤੇ ਜਿਸ ਤੋਂ ਮੈਂ ਪ੍ਰੇਰਿਤ ਹੋ ਕੇ ਇਹਦਾ ਨਾਮ ਜਿਹੜਾ ਰੱਖਿਆ ਮੈਨੂੰ ਤਾਂ ਹੁਣ ਬਿਲਕੁਲ ਹੀ ਚੰਗੀ ਤਰ੍ਹਾਂ ਯਕੀਨ ਹੋ ਗਿਆ ਸਰ ਨੇ ਬਹੁਤ ਹੀ ਕਿਤਾਬਾਂ ਪੜ੍ਹੀਆਂ ਹਨ ਆਪਾਂ ਬਾਕੀ ਵੀ ਕਿਤਾਬਾਂ ਦਾ ਇਤਕਾਰ ਕਰੀ ਤੁਹਾਨੂੰ ਪੇ ਲਾਵਾਂਗੇ ਤੇ ਮਤਲਬ ਕਿ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਸਾਨੂੰ ਕਿਤਾਬ ਐਕਸਪਲੇਨ ਕੀਤੀ ਤੇ ਵਿਆਮ ਰਖਸ਼ਾਮ ਦਾ ਮਤਲਬ ਸਮਝਾਇਆ ਤੇ ਬਹੁਤੇ ਲੋਕਾਂ ਨੂੰ ਮਤਲਬ ਨਹੀਂ ਪਤਾ ਹੋਊਗਾ ਜਾਂ ਬਹੁਤੇ ਨੂੰ ਪਤਾ ਵੀ ਹੋਊਗਾ ਜਿਹਨਾਂ ਨੂੰ ਪਤਾ ਹੋਊਗਾ ਉਹ ਤਾਂ ਬਿਲਕੁਲ ਖੁਸ਼ ਹੋ ਜਾਣਗੇ ਕਿ ਚਲੋ ਕਿਸੇ ਕਿਸੇ ਇਨਸਾਨ ਨੇ ਤੇ ਇਸ ਚੀਜ਼ ਬਾਰੇ ਗੱਲ ਕੀਤੀ ਜਾਂ ਬਹੁਤ ਅੱਛੀ ਤਰ੍ਹਾਂ ਬਰੀਫ ਕੀਤੀ ਹੋ ਗੱਲ ਬਿਲਕੁਲ ਜੀ ਬਿਲਕੁਲ ਕਿਉਂਕਿ ਉਹਨਾਂ ਸਾਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਜਾਂਦੇ ਜਾਂਦੇ ਸਾਡੇ V24 ਚੈਨਲ ਦੇ ਈਵਿਊਰਜ਼ ਨੂੰ ਕੀ ਮੈਸੇਜ ਦੇਣਾ ਚਾਹੋਗੇ V24 ਦੇ ਈਵਿਊਰਜ਼ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਸਾਡੇ ਜਿਹੜੇ ਵਿਚਾਰ ਆ ਰਹੇ ਹੈ ਜਾਂ ਜੋ ਮੇਰੇ ਕੋ ਪਰਮਾਤਮਾ ਦੀ ਕਿਰਪਾ ਨਾਲ ਜਾਂ ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ ਜਿਹੜਾ ਗਿਆਨ ਹੈਗਾ ਉਹ ਮੈਨੂੰ ਵੰਡਣ ਦਾ ਮੌਕਾ ਦਿੱਤਾ ਹੈ ਜਿਹੜੀ ਮੇਰੇ ਕੋਲ ਚੀਜ਼ ਸੀਗੀ ਉਹਨੂੰ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਤੁਸੀਂ ਮੇਰੀ ਚੀਜ਼ ਨੂੰ ਧਿਆਨ ਨਾਲ ਸੁਣਿਆ ਇਹਦੇ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਸਾਰੇ ਤੁਸੀਂ ਗੱਲਬਾਤ ਸੁਣੀਆ ਤੇ ਤੁਸੀਂ ਸਾਡਾ ਵਿਚਾਰ ਸੁਣਿਆ ਕੀ ਮਤਲਬ ਕਿਸ ਵਿਸ਼ਾ ਤੇ ਅਸੀਂ ਗੱਲਬਾਤ ਕੀਤੀ ਅੱਜ ਅਸੀਂ ਅੱਗੇ ਚੱਲੇਗੇ ਹਾਂ ਜਾਂ ਅੱਗੇ ਸਾਡੀ ਕੰਟੀਨਿਉਟੀ ਰਹੇਗੀ ਇਸ ਚੀਜ਼ ਦੀ ਤੁਹਾਡੀ ਜਿਹੜੀ ਆਪਾਂ ਇਸ ਚੀਜ਼ ਦੀ ਕਰਨੀ ਹੈ ਨੇ ਅਗਲੇ ਪ੍ਰੋਗਰਾਮ ਚ ਹਾਂ ਵਿਆਮ ਰਖਸ਼ਮਾ ਇੱਕ ਪ੍ਰੋਗਰਾਮ ਆਪਣਾ ਹਾਂਜੀ ਉਹ ਪ੍ਰੋਗਰਾਮ ਦੀ ਅੱਜ ਡੈਫੀਨੇਸ਼ਨ ਹੋ ਗਈ ਵਾਈਡੀ ਡੈਫੀਨੇਸ਼ਨ ਹੋ ਗਈ ਸਾਰੀ ਇਹ ਟੋਟਲੀ ਐਪੀਸੋਡ ਉੱਤੇ ਆ ਗਿਆ ਸਾਰਾ ਨਾਲ ਬਾਕੀ ਤੁਮ ਬੋਲੋ ਦੋ ਤਿੰਨ ਸ਼ਬਦ ਇਹਨਾਂ ਤੇ ਵੀ ਇਹਦੇ ਵਿੱਚ ਆਪਾਂ ਅੱਗੇ ਤੋਗੇ ਵੀ ਸਾਡੀ ਇਹਦੇ ਤੋਂ ਐਤੋ ਅੱਗੇ ਅੱਗੇ ਜਿਹੜੇ ਤੁਸੀਂ ਆ ਸਾਨੂੰ ਨੌਲੇਜ ਦਿੱਤੀ ਆ ਵਿਆਮ ਰਖਸ਼ਮ ਦੀ ਇਹ ਵਿਆਮ ਰਖਸ਼ਮ ਨੂੰ ਅਸੀਂ ਆਪਣੇ ਜੀਵਨ ਚ ਕਿਵੇਂ ਉਤਾਰ ਸਕਦੇ ਆ ਕਿਵੇਂ ਆਪਾਂ ਇਹਦਾ ਯੂਜ਼ ਕਰ ਸਕਦੇ ਆ ਕਿਵੇਂ ਇਸ ਤੋਂ ਆਪਾਂ ਫਾਇਦਾ ਲੈ ਸਕਦੇ ਆ ਅਸੀਂ ਸਾਡੇ ਜਿਹੜੇ ਆਨਾਲੇੜੇ ਐਪੀਸੋਡਾਂ ਉੱਚ ਤਨਵੇਦਾ ਪੂਰਨ ਤੌਰ ਤੇ ਇਹਦਾ ਵਿਆਖਿਆ ਕਰਾਂਗੇ ਅੱਜ ਸਿਰਫ ਇੱਕ ਸਾਰਾ ਡੈਫੀਨੀਸ਼ਨ ਹੀ ਦੱਸੀ ਆ ਤੇ ਬਾਕੀ ਦੀ ਅਸੀਂ ਜਿਹੜੀ ਗੱਲਬਾਤ ਵਿਅਮਰਖਣ ਬਾਰੇ ਉਸ ਨੂੰ ਅਗਲੇ ਐਪੀਸੋਡ ਦੇ ਵਿੱਚ ਦੱਸਦੇ ਰਵਾਂਗੇ ਵੀ ਇਹ ਵਿਅਮਰਖਣ ਦਾ ਕੀ ਮਤਲਬ ਹੈ ਤੇ ਕਿਵੇਂ ਅਸੀਂ ਇਹਦੇ ਨਾਲ ਆਪਣੀ ਜਿਹੜੀ ਲਾਈਫ ਹੈ ਬੈਟਰਮੈਂਟ ਤਰੀਕੇ ਨਾਲ ਬਣਾ ਸਕਦੇ ਹਾਂ ਤੇ ਆਪਣੀ ਇਸ ਵਿਸ਼ਮ ਨੂੰ ਇਸ ਏਸ਼ੀਆ ਕੰਟੀਨੈਂਟ ਨੂੰ ਇਸ ਭਾਰਤ ਭਾਰਤਵਸ ਨੂੰ ਤੇ ਆਪਣੇ ਪੰਜਾਬ ਪ੍ਰਦੇਸ਼ ਨੂੰ ਅਸੀਂ ਕਿਵੇਂ ਇਹਦੀਆਂ ਜਿਹੜੇ ਸਿਧਾਂਤ ਹੈਗੇ ਉਹ ਆਪਣੇ ਚ ਅਡਾਪਟ ਕਰਕੇ ਤੇ ਵਧੀਆ ਜੀਵਨ ਜੀਣ ਲਈ ਆਪਾਂ ਪ੍ਰੇਰਿਤ ਕਰ ਸਕਦੇ ਆ ਠੀਕ ਹੈ ਐਨਾ ਤੁਸੀਂ ਅ ਰੋਹਿਤ ਸੋਤਾ ਸਰ ਤੁਸੀਂ ਬਹੁਤ ਹੀ ਅੱਛੇ ਤਰੀਕੇ ਨਾਲ ਸਾਨੂੰ ਵਿਆਮ ਰਖਸ਼ਾ ਦੀ ਡੈਫੀਨੇਸ਼ਨ ਕੀਤੀ ਕਿ ਮਤਲਬ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਐਕਸਪਲੇਨ ਕੀਤਾ ਬਰੀਫ ਕੀਤਾ ਤੇ ਮੈਂ ਬਹੁਤ ਹੀ ਗੱਲਾਂ ਤੁਹਾਡੇ ਕੋਲੋਂ ਵੀ ਸਿੱਖੀਆਂ ਵੀ ਤੁਸੀਂ ਬਹੁਤ ਹੀ ਅੱਛੇ ਤਰੀਕੇ ਨਾਲ ਮੈਨੂੰ ਵੀ ਬਹੁਤ ਗੱਲਾਂ ਸਮਝ ਆਈਆਂ ਕਈ ਗੱਲਾਂ ਬਾਰੇ ਮੈਨੂੰ ਵੀ ਨਹੀਂ ਪਤਾ ਸੀ ਜਿਨ੍ਹਾਂ ਸਾਡੇ ਸਰੋਤਿਆਂ ਨੂੰ ਵੀ ਨਹੀਂ ਪਤਾ ਹੋਵੇਗਾ ਤੇ ਉਹ ਵੀ ਜਾਣ ਜਾਣ ਕੇ ਤੇ ਅਸੀਂ ਬਾਕੀ ਦੀ ਵੀ ਵਿਆਮ ਰਖਸ਼ਾ ਬਾਰੇ ਗੱਲਬਾਤ ਕਰਾਂਗੇ अगले एपीसोड देखते दे रहो व्याह रक्षा शो विद मनजोत सिंह ओनली ऑन वी ट्वेंटी फोर टीवी सत श्रीकाल धनबाद वी ट्वेंटी फोर टीवी प्रजेंट्स वर्ल्ड वाइड फ्री टीवी चैनल ऑन जियो फाइबर एयरटेल स्ट्रीम रॉकू टीवी एमेजोन टीवी ऑल प्ले ऑन वी ट्वेंटी फोर टीवी टर्म्स एंड कंडीशंस अप्लाई फॉर मोर इन्फॉर्मेशन कॉन्टैक्ट Double four seven four two four two nine two four eight seven V twenty four TV